ਅੱਜ ਕੱਲ ਲੋਕ ਇਹ ਮੈਡੀਕਲ ਸਾਇੰਸ ਵਾਲਿਆਂ ਨੂੰ ਸਮਝ ਆਈ ਹੈ ਕਿ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਊਰ। ਬਿਮਾਰੀ ਲੱਗੀ ਗਈ ਉਹਦਾ ਕੀ ਹੋਣਾ, ਹਾਰਟ ਟਰਬਲ ਕਿਸੇ ਨੂੰ ਹੋ ਗਈ, ਉਹਦਾ ਡੰਗ ਹੀ ਕੱਟਦਾ ਹੈ ਨਾ, ਉਹਦਾ ਡੰਗ ਕੱਟ ਰਿਹਾ ਜੀਵਨ, ਕਿਹਨੇ ਮਾੜਾ ਮੋਟਾ ਉਹਦਾ ਜੀਵਨ ਜਸਟ ਕੈਰੀ ਆਨ ਕਰ ਰਿਹਾ। ਕਿਉਰ ਤਾਂ ਹੈ ਨੀ ਨਾ ਇਹਨਾਂ ਕੋਲ, ਬਿਮਾਰੀ ਲੱਗੀ ਕਿਉਰ ਹੈ, ਜਸਟ ਉਹ ਕਹਿੰਦੇ ਪੇਲੀਏਸ਼ਨ, ਜਸਟ ਪੇਲੀਏ, ਤੁਹਾਨੂੰ ਜਿਹੜੀ ਗੋਲੀਆਂ ਇੰਜੀਨੀਅਰ ਦਿੰਦੇ ਜਸਟ ਪੇਲੀਏਟ ਕਰਦੇ। ਪਰ ਹੁਣ ਇਹਨਾਂ ਨੇ ਸੋਚੀ ਆਈ ਹੈ ਵੀ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ, ਪ੍ਰੀਵੈਂਟ। ਹੁਣ ਇਹਨਾਂ ਨੇ ਪ੍ਰੀਵੈਂਟਿਵ ਮੈਡੀਕਲ ਸਾਇੰਸ ਦਾ ਇੱਕ ਅਲੱਗ ਬ੍ਰਾਂਚ ਖੋਲੀ, ਪ੍ਰੀਵੈਂਟਿਵ। The basic principle of that preventive medicine, go back to the nature. That's the basic idea. Go back to the nature. Haan ji, apne sunna hai, kaun hai? Shareer ditta. Main kitna sunna shareer ditta, assi sharaba naal, assi fima naal, assi heroin naal, assi gussa karke kaam, krodh, moh, lobh, ahankaar, ਵਿੱਚ ਪੈ ਪੈ ਕੇ ਸਾਰ ਛੱਡਿਆ। ਇਹ ਨਰਵਸ ਟੈਂਸ਼ਨ ਇਹ ਇਨ ਦਿਸ ਹੈਮਿਸਫੀਅਰ 70% ਆਰ ਸਫਰਿੰਗ ਫਰੋਮ ਨਰਵਸ ਟੈਂਸ਼ਨ ਐਂਡ ਮੈਂਟਲ ਡਿਜ਼ੀਜ਼, 70% 90% ਇੱਥੇ ਹੈ ਜਿਹੜੀਆਂ ਸਲੀਪਿੰਗ ਡੋਜ਼ ਵਗੈਰ ਨੀਂਦ ਨਹੀਂ ਆਉਂਦੀ, ਉਹ ਵੀ ਹੈਵੀ ਡੋਜ਼ ਕੀ ਹੈ, ਕਿਉਂ ਕਿਉਂ ਬਣੇ ਵੀ ਇਹ ਜੇ sleep is such a thing, natural thing, it must come. Because we have made our system unnatural. So, preventive. Oh, it's a jayadar preventive medicine. The preventive medicine, prevention is better than cure. The prevention, we will have to go to the mother nature and live according to the laws of the mother nature. ਤੇ ਸਾਡਾ ਤਾਂ ਖਾਣਾ ਪੀਣਾ ਜੀ ਕੋਈ ਚੀਜ਼ ਹੈ ਜੀ, ਬਰੈਨ ਕੱਢ ਕੇ, ਮੈਦੇ ਕੱਢ ਕੇ, ਸੇਮੀਆਂ ਤੇ ਹੋਰ ਪਕੌੜੇ ਦੀ ਪੈਸ, ਐਵਰੀਥਿੰਗ ਐਵਰੀਥਿੰਗ ਜੀ, ਪਾਣੀ ਵੀ, ਗਰਮ ਬਾਬੂ ਜੋ ਕੁਛ ਵੀ ਹੈ, ਸਭ ਨੂੰ ਐਡਲਟਰੇਟ ਕਰਕੇ ਤੇ ਸਭ ਓਲਡ ਓਲਡ ਕਰਕੇ ਉਸਨੂੰ ਖਾਂਦੇ ਪੀਂਦੇ, ਕੋਈ ਚੀਜ਼ ਨਾ ਚੱਲਣੀ ਸੀ ਖਾਣੀ। ਜਦੋਂ ਮੈਂ ਕਿਹਾ ਆਈ ਪ੍ਰੀਫਰ ਗੋਡ ਮੀਟ, ਤੇ ਅਸੀਂ ਸਵਾਲ ਹੈ ਮੂੰਹ ਪੂਰੀਆਂ ਕਚੌੜੀਆਂ ਤੇ ਹੋਰ ਨਿਕਲ ਕੇ ਸਾਰੀਆਂ, ਮੇਰੇ ਕੋਲ ਆ ਕੇ ਕਹਿੰਦੇ ਮੇਰੇ ਗੋਡਿਆਂ ਚ ਦਰਦ, ਮੇਰੇ ਇੱਥੇ ਦਰਦ। ਮੈਂ ਕਹਿੰਦਾ ਤੂੰ ਅੱਜ ਪਰੌਂਠੇ ਖਾਧੇ, ਪਕੌੜੀਆਂ ਖਾਧੀਆਂ, ਸਾਰੇ ਤੇਰੇ ਇੱਥੇ ਆਈਆਂ। ਮੈਂ ਕੀ ਕਹਿੰਦਾ ਪਕੌੜੇ ਤੇਰੇ ਪਰੌਂਠੇ ਤਾਂ ਇੱਥੇ ਬੜੇ, ਤਾਂ ਫਿਰ ਅਰਜੀ ਰੱਬ ਨੇ ਦਿੱਤੀ ਹੈ, ਖਾਓ ਬਈ ਸਬਜ਼ੀਆਂ ਖਾਓ। ਹੋ ਗਿਆ ਨਹੀਂ, ਸਾਨੂੰ ਮੀਟ ਚਾਹੀਦਾ ਸਾਨੂੰ। ਮੈਨੂੰ ਇੱਕ ਵਾਰ ਯਾਦ ਹੈ ਵੀ ਡਿਟੇਲਸ ਪੜਿਆ, ਕਹਿੰਦੇ ਇੰਡੀਆ ਦੇ ਵਿੱਚ ਫਰੋਗਸ ਹੈ, ਬਹੁਤ ਆਮ ਹੈ ਨਾ, ਸਾਊਥ ਇੰਡੀਆ ਚ ਬਹੁਤ ਮੀਂਹ ਪੈਂਦਾ ਹੈ ਜਗ੍ਹਾ ਜਗ੍ਹਾ ਜਗ੍ਹਾ, ਉਹ ਲੋਕ ਉਹ ਫੜ ਕੇ ਲਿਆ ਕੇ ਨਾ ਉਹ ਫੜ ਫੜ ਕੇ ਬੋਰੀਆਂ ਚ ਭਰ ਕੇ ਆਏ ਭਰਦੇ, ਜਾਂ ਛੋਲੇ ਭਰੀ ਦੇ ਹੁੰਦੇ ਹੈ, ਉਹ ਲਿਆ ਕੇ ਉੱਥੇ ਜਿੱਥੇ ਫੈਕਟਰੀ ਹੈ, ਫਰੋਗ ਫੈਕਟਰੀ, ਧਿਆਨ ਕਰੋ ਫਰੋਗ ਫੈਕਟਰੀ ਹੈ ਉੱਥੇ, ਹੈ ਜਗ੍ਹਾ ਜਗ੍ਹਾ ਉੱਥੇ ਪਹੁੰਚਾਉਂਦੇ ਹੈ ਗੱਡੀਆਂ ਚ, ਹੈ ਬੋਰੀਆਂ ਇਉਂ ਭਰਦੇ ਉਹਨਾਂ ਮੇਨ ਕਰਨ ਡੱਡੂਆਂ ਨੂੰ, ਫੜ ਫੜ ਕੇ ਸੁੱਟੀ ਜਾਂਦੇ, ਉਹ ਅੱਧੇ ਚ ਤਾਂ ਉਹ ਰਾਹ ਚ ਮਰ ਜਾਂਦੇ ਹੈ ਜਿਹੜੇ ਉੱਥੇ ਪਹੁੰਚਦੇ ਹੈ, ਤੇ ਉਹਨਾਂ ਦੇ ਨਾ ਉਹ ਫੜ ਕੇ ਜ਼ੋਰ ਨਾ ਫੜ ਕੇ ਨਾ ਉਹਨਾਂ ਦੇ ਲੱਤਾਂ ਹੁੰਦੀਆਂ, ਲੱਤਾਂ ਖਿੱਚ ਲੈਂਦੇ ਸਰੀਰ ਨਾਲ, ਲੱਤਾਂ ਖਿੱਚ ਖਿੱਚ ਕੇ ਉਹਨੂੰ ਸੁੱਟੀ ਜਾਂਦੇ, ਉਹ ਤਰ ਤਰ ਕੇ ਮਰ ਜਾਂਦੇ, ਸਿਰਫ ਲੱਤਾਂ। ਉਹ ਲੱਤਾਂ ਨੂੰ ਫਿਰ ਧੋ ਕੇ ਪੈਸੇ ਕਰਕੇ ਉਸ ਬੰਦ ਕਰਕੇ ਉਹਨਾਂ ਨੂੰ ਭੇਜਿਆ ਜਾਂਦਾ ਹੋਟਲਾਂ ਚ, ਇਹ ਕਹਿੰਦੇ ਇਸ ਇਹ ਸਾਡੇ ਤੁਹਾਡੇ ਜਿੰਨੇ ਹੋਟਲ ਹੈ ਨਾ, ਦਿਸ ਇਜ਼ ਬਿਕਮ ਅ ਗ੍ਰੇਟ ਸਪਾਈਸ, ਬਹੁਤ ਵੱਡੀ ਇੱਕ ਡਿਸ਼ ਹੈ ਜਿਹਦੀ ਬੜੀ ਕੀਮਤ ਹੈ, ਫਰੋਗ ਤੇ ਇੰਨੀਆਂ ਜਾਨਵਰ ਜੇ ਉੱਥੇ ਸੌ ਡੱਡੂ ਮਾਰਦੇ ਹੈ ਨਾ, ਉਹਨਾਂ ਇੱਕ ਅੱਧਾ ਉੱਥੇ ਪਹੁੰਚਦਾ ਟੇਬਲ ਦੇ ਉੱਤੇ, ਤੇ ਉਹਦੀ $100 ਇੱਕ ਡਿਸ਼ ਦੇ ਰੱਖਿਆ ਫਰੋਗ ਨੈਕ ਜੀ। ਹਾਂਜੀ ਹਾਂਜੀ, ਉਹ ਕਿਸੇ ਸਵਾਣੀ ਨੇ ਮਿੰਕ ਦਾ ਕੋਟ ਕਿਸੇ ਦਾ ਦੇਖ ਲਿਆ ਤੇ ਬਸ ਉਹ ਤਾਂ ਖਬਰ ਲੈ ਕੇ ਪੈ ਗਈ ਜੀ, ਮੈਂ ਤਾਂ ਮਿੰਕ ਦਾ ਕੋਟ ਲੈਣਾ ਹੈ, ਇਹ ਨੀ ਪਤਾ ਜੀ ਮਿੰਕ ਦਾ ਕੋਟ ਬਣਿਆ ਕਿਸ ਤਰ੍ਹਾਂ, ਖਬਰ ਹੈ ਕਿੰਨੇ ਜਾਨਵਰ ਉਹ ਮਿੰਕ ਇੱਕ ਜਾਨਵਰ ਹੈ, ਉਹਦੇ ਖੰਭ ਉਹਨਾਂ ਨੂੰ ਫੜ ਫੜ ਕੇ ਉਹਦੇ ਖੰਭ ਖਿੱਚ ਖਿੱਚ ਕੇ ਉਹਨਾਂ ਨੂੰ ਮਾਰ ਕੇ ਖੰਭ ਖਿੱਚ ਖਿੱਚ ਕੇ ਉਹਨਾਂ ਦੇ ਇਕੱਠ ਨਾਲ ਮਿੰਕ ਦਾ ਕੋਟ ਬਣਦਾ।
ਮਾਰੇ ਜਾਂਦੇ ਸੀ, ਕੋਈ ਮੁਰਗੀਆਂ ਪਾਈਆਂ ਦੁਬਾਰਾ ਖਿੱਚ ਖਿੱਚਾਂਗੇ। ਸਾਡੇ ਸਵਾਣੀ ਦਾ ਤਾਂ ਨਖਰਾ ਹੀ ਨੀ ਓਨਾ ਚਿਰ ਪੂਰਾ ਹੁੰਦਾ ਜਿੰਨਾ ਚਿਰ ਮਿੰਕ ਦਾ ਕੋਟ ਨੀ। ਸੋ ਇਹ ਸਵਾਦ ਬਣਾਏ ਹੈ, ਉਹ ਅਨਨੈਚੁਰਲ ਹੈ। ਉਹ ਕਿੰਨੀ ਗੱਲ ਹੈ ਅੱਜ ਕੱਲ੍ਹ ਤਾਂ ਹਾਏ ਰੁਪਏ 200 ਰੁਪਏ ਦਾ ਗਜ ਮੀਟਰ ਦਾ। ਜੇ 200 ਰੁਪਏ ਗਜ ਮੀਟਰ ਦਾ ਕੱਪੜਾ ਹੈ, ਬੜਾ ਗਰਮ ਹੈ। ਮੈਂ ਹੱਥ ਲਾ ਕੇ ਦੇਖਿਆ ਸਿਆਲ ਦੇ ਵਿੱਚ, ਜੇ ਉੱਪਰ ਤਾਂ ਉਹ ਠੰਡਾ ਹੈ। ਇਹਨੂੰ ਗਰਮ ਕਹਿੰਦੇ? ਕਹਿੰਦੇ ਜੀ ਨਹੀਂ, ਇਹ ਬਾਹਰੋਂ ਹਵਾ ਅੰਦਰ ਨੀ ਜਾਣ ਦਿੰਦਾ, ਇੰਸਟਾਲੇਸ਼ਨ ਲੱਗ ਜਾਂਦੀ ਹੈ। ਤੇ ਸਾਡੇ ਬਾਪੂ ਦਾ ਘਰੇ ਬਣਾਇਆ ਹੋਇਆ ਖੱਦਰ ਇੰਨਾ ਮੋਟਾ ਸਾਰਾ ਹੁੰਦਾ, ਇੰਨਾ ਸਾਰਾ ਉਹਦੇ ਨਾਲ ਬਹੁਤ ਜ਼ਿਆਦਾ ਰੋਕਦਾ ਹੈ ਸਾਰੇ ਨੂੰ ਖੱਦਰ। ਅਸੀਂ ਕੀ ਬਣਾਈ ਫਿਰਦੇ ਹਾਂ? ਉਹ ਭਾਈ ਨਹੀਂ, ਇਸ ਤਰ੍ਹਾਂ ਨੀ, ਸਭ ਕੁਛ ਸਾਡਾ ਗਲਤ ਹੈ, ਸਭ ਕੁਛ ਗਲਤ ਹੈ, ਐਵਰੀਥਿੰਗ ਇਜ਼ ਰੋਂਗ। ਉਹਨਾਂ ਚ ਰੋਂਗ ਰਹੇਗਾ, ਉਹਨਾਂ ਚਿਰ ਅਸੀਂ ਜੇ ਇਨਸਾਨ ਵੀ ਨਹੀਂ ਬਣ ਸਕਦੇ। ਪ੍ਰੀਵੈਂਟਿਵ ਮੈਡੀਸਿਨ ਦੀ ਗੱਲ ਚੱਲ ਰਹੀ, ਸੋ ਇੱਥੇ ਪ੍ਰੀਵੈਂਟਿਵ ਕੀ ਹੈ? ਪਰਮਾਰਥ ਵਿੱਚ ਪ੍ਰੀਵੈਂਟਿਵ ਇਹ ਹੈ ਕਿ ਤੁਹਾਡੀ ਸੋਲ, ਤੁਸੀਂ ਕਿਸੇ ਚੰਗੀ ਸੋਲ ਦੀ ਅਵਸਥਾ ਵਿੱਚ ਪਹੁੰਚ ਗਏ ਸੀ, ਤਦੇ ਤਾਂ ਇਨਸਾਨ ਦੀ ਜੂਨੀ ਮਿਲੀ ਤੁਹਾਨੂੰ। ਅਸੀਂ ਕੀ ਕਰਦੇ ਹਾਂ? ਅਸੀਂ ਇਸ ਨੂੰ ਮੋਹ ਮਾਇਆ ਦੇ ਵਿੱਚ, ਮੋਹ ਮਾਇਆ ਯਾਦ ਰੱਖੋ, ਰੱਬ ਨੂੰ ਭੁੱਲ ਕੇ ਉਹ ਮਾਇਆ ਚ ਫਸ ਕੇ ਉਹਨੂੰ ਹੋਰ ਉਹਦੇ ਤੇ ਮੈਲ ਲਾਈ ਜਾਂਦੇ, ਹੋਰ ਕੋਟਿੰਗ ਦਿਨ ਰਾਤ। ਐਵਰੀ ਥਾਟ ਦੈਟ ਪਾਸਸ ਥਰੂ ਯੂਅਰ ਬ੍ਰੇਨ ਲੀਵਸ ਏ ਫਿਲਮ, ਫਿਲਮ ਉਹਦੇ ਹੋਰ ਚੱਲਦੇ। ਐਵਰੀ ਥਾਟ, ਰਿਮੈਂਬਰ ਦੈਟ, ਦੈਟ ਇਜ਼ ਸੀਰੀਅਸ ਥਿੰਗ। ਐਵਰੀ ਥਾਟ ਪਾਸ ਹੁੰਦੀ ਜੇ ਤੁਹਾਡੇ ਆਤਮਾ ਦੇ ਉੱਤੇ ਇੱਕ ਫਿਲਮ ਹੋਰ ਚੜ ਜਾਂਦੀ। ਹੋਰ ਜਸਟ ਲਾਈਕ ਸਿਲਕ ਵਾਰਮ ਹੁੰਦਾ, ਉਹ ਆਪਣੇ ਅੰਦਰ ਹੀ ਧਾਗਾ ਕੱਟ ਕੱਟ ਕੇ ਆਪਣੇ ਉਹਦੇ ਇੱਕ ਉਹ ਬਣਾਈ ਜਾਂਦਾ, ਤੇ ਉਹ ਆਖਿਰ ਉਹ ਜਗ੍ਹਾ ਨਹੀਂ ਹੁੰਦੀ, ਵਿੱਚ ਹੀ ਮਰ ਜਾਂਦਾ। ਕੌਣ? ਸਿਲਕ, ਸਿਲਕ ਵਾਰਮ ਦਾ ਕੌਣ? ਉਸੇ ਤਰ੍ਹਾਂ ਅਸੀਂ ਆਪਣੇ ਆਪ ਆਪਣੇ ਉਦਾਰੇ ਕੋਟਿੰਗ ਬਣਾਈ ਜਾਂਦੀ ਸਾਰਾ ਦਿਨ, ਜਿੰਨਾ ਚਿਰ ਡਾਲਰ ਗਿਣਦਾ ਰਹਿੰਦਾ ਨਾ, ਇਹ ਸਭ ਕੋਟਿੰਗ ਸਾਰੇ ਆ ਮਾਇਆ। ਮੈਂ ਮੇਰੀ ਆਜ ਰਿਹਾ, ਆਜ ਰਿਹਾ, ਜੋ ਕੁਛ ਵੀ ਕਰਦੀ। ਐਵਰੀ ਥਾਟ, ਉਹ ਥਾਟ ਜਿਹੜਾ ਰੱਬ ਨੂੰ ਭੁੱਲ ਕੇ ਅਸੀਂ ਜਿੰਨੇ ਵੀ ਥਾਟ ਹੈ ਸਭ ਸਭ ਮੈਲ ਹੈ, ਸਭ ਕੋਟਿੰਗ ਸਭ। ਮੈਂ ਹੁਣੇ ਲਿਖੇ ਪਾਪ ਪੁੰਨ, ਪਾਪ ਪੁੰਨ ਅਸੀਂ ਜਿਹਨੂੰ ਪਾਪ ਪੁੰਨ ਸਮਝੇ, ਪਾਪ ਪੁੰਨ ਨਹੀਂ ਸੁਣ ਲਾ। ਪਾਪ ਕੀ ਹੈ ਤੇ ਪੁੰਨ ਕੀ ਹੈ? ਮੈਂ ਅਖੀਰ ਤੇ ਉਹ ਸਾਰਾ ਲੇਖ ਲਿਖ ਕੇ ਪਾਪ ਪੁੰਨ ਤੁਹਾਡੇ ਕੋਲ ਜਿਹੜੇ ਹੈ ਨਾ, ਉਹਦੇ ਵਿੱਚ ਪਾਪ ਪੁੰਨ ਪਾਪ ਕੀ ਹੈ? ਰੱਬ ਨੂੰ ਭੁੱਲਣਾ ਹੀ ਪਾਪ ਹੈ, ਰੱਬ ਨੂੰ ਯਾਦ ਕਰਨਾ ਹੀ। ਤੋ ਕਿਉਂਕਿ ਰੱਬ ਨੂੰ ਭੁੱਲ ਕੇ ਹੀ ਸਾਰੇ ਪਾਪ ਹੁੰਦੇ, ਕਦੇ ਦੁੱਖ ਹੁੰਦੇ। ਤੂੰ ਵੀ ਸਿਰੇ ਤਾਂ ਸਭ ਕੁਝ ਲੱਗ। ਸੋ ਹੁਣ ਪ੍ਰੀਵੈਂਟਿਵ ਮੈਡੀਸਿਨ ਕੀ ਹੈ? ਪ੍ਰੀਵੈਂਟਿਵ ਆਤਮਕ ਮੈਡੀਸਿਨ, ਇਹ ਇੱਕ ਨੂੰ ਯਾਦ ਕਰ, ਯਾਦ ਦੇ, ਇਹ ਪ੍ਰੀਵੈਂਟਿਵ ਹੈ। ਅੱਛਾ ਜੀ, ਤਾਂ ਕਹਿ ਦਿੱਤਾ, ਇੱਥੋਂ ਕਿਹਾ, ਇੱਥੋਂ ਕਿਹਾ, ਇੱਥੋਂ ਕਿਹਾ, ਯਾਦ ਤਾਂ ਚਰਖਾ ਪੁੱਠਾ ਚਲਾਇਆ, ਪੁੱਠਾ ਚਰਖਾ ਉਹਨੇ ਤਾਂ ਆਪੇ ਚੱਲ ਪੈਣਾ। ਪ੍ਰੀਵੈਂਟਿਵ ਮੈਡੀਸਿਨ ਚੰਗੀ ਹੈ। ਉਹ ਭਾਈ ਪ੍ਰੀਵੈਂਟਿਵ ਮੈਡੀਸਿਨ ਹੀ ਕਹਿ ਲਓ, ਦਵਾਈ ਦੀ ਲੋੜ ਹੀ ਨਾ ਪਵੇ, ਬਸ ਉਹ ਪ੍ਰੀਵੈਂਟਿਵ ਮੈਡੀਸਿਨ ਇੱਕੋ ਹੀ ਹੈ। ਨਿਚਰ ਨਿਚ ਗੋ ਬੈਕ ਟੂ ਦੀ ਲੈਬ ਆਫ ਨੇਚਰ। ਇਹ ਸਰੀਰ ਆਪਣੇ ਤੋਂ ਇੰਨਾ ਸੋਹਣਾ ਦਿੱਤਾ, ਇਹਨੂੰ ਕੋਈ ਦਵਾਈਆਂ ਖਾ ਖਾ ਕੇ, ਇਹਨੂੰ ਸ਼ਰਾਬ ਪਵਾ ਪਾ ਕੇ, ਇਹਨੂੰ ਜੀਮ ਖਵਾ ਖਵਾ ਕੇ, ਇਹਨੂੰ ਹੀਟਮੈਨ ਖਵਾ ਖਵਾ ਕੇ, ਇਹਨੂੰ ਸੁਆ ਕੇ ਖਵਾ ਖਵਾ ਕੇ, ਬਣਾ ਬਣਾ ਕੇ ਅਸੀਂ ਇਹਨੂੰ ਜ਼ਹਿਰ ਚਾੜਦਾ। ਨੋਬਡੀਜ਼ ਹੈਲਥ, ਨੋਬਡੀਜ਼ ਬਲੱਡ ਇਜ਼ ਨੈਚੁਰਲ, ਤੁਹਾਡੀ ਬਲੱਡ ਅਨਨੈਚੁਰਲ ਹੈ, ਉਹਨਾਂ ਦੀ ਬਲੱਡ ਅਨਨੈਚੁਰਲ ਹੈ। ਜਿਹੜਾ ਨੇਚਰ ਦੂਜਾ ਕੋਈ ਬਲੱਡ ਹੀ ਅਨਨੈਚੁਰਲ, ਜਿਹੜਾ ਪਹਿਲੇ ਹਾਊ ਕੈਨ ਯੂ ਐਕਸਪੈਕਟ ਹੈਲਥ ਫਰੋਮ ਅਨਨੈਚੁਰਲ। ਔਰ ਇਹਦੇ ਵਿੱਚ ਦੀਸ ਡਾਕਟਰਸ, ਦੀਸ ਮੈਡੀਕਲ ਸਾਇੰਸ ਇਜ਼ ਹੈਲਪਿੰਗ ਯੂ। ਜੇ ਜਿੰਨੀਆਂ ਗੋਲੀਆਂ ਦੇ ਦਿੰਦੇ ਅੱਗੇ, ਜੇ ਮਾੜਾ ਮੋਟਾ ਨੈਚੁਰਲ ਬਲੱਡ ਹੈ ਉਹ ਗੋਲੀਆਂ ਖਾ ਕੇ ਹੋਰ ਵੀ ਅਨਨੈਚੁਰਲ। ਇਹਦੇ ਦਾ ਕਿਊਰ ਜਿਹੜਾ ਹੈ ਵਰਸ ਦੈਨ ਵਰਸ ਦੈਨ ਡਿਜ਼ੀਜ਼ ਹੈ, ਕਿਊਰ ਵੀ ਸਹੀ। ਇਸ ਕਰਕੇ ਬੈਟਰ ਹੈ ਕਿ ਪ੍ਰੀਵੈਂਟ ਕਰੀਏ, ਪ੍ਰੀਵੈਂਟ ਨਾ ਲੱਗਣ ਦੀ, ਮੈਲ ਨਾ ਲੱਗਣ ਦੀ। ਪਾਣੀ ਕੀ ਕਹਿੰਦੀ? ਲਹਿਣ ਬੰਦ ਕਰ ਦਿੰਦਾ, ਥੱਕ ਗਿਆ। ਪਾਣੀ ਕਹਿੰਦੀ ਹੈ, ਦੇਖੋ ਜੀ ਤੁਸੀਂ ਕਿੱਦਾਂ ਯਾਦ ਕਰੋ,
ਸਭ ਸੋ ਕੁਛ ਕਰ ਜਿੱਤ ਮੈਲ ਨਾ ਲਾਗੇ।